ਆ ਦੇਖੋ ਇਹ ਹੁੰਦੀ ਹੈ ਚਿਬੜਾਂ ਦੀ ਬੇਲ ਤੇ ਇਹਨੂੰ ਕਹਿੰਦੇ ਚਿਬੜ ਆ ਦੇਖੋ ਆ ਹੁੰਦੀ ਹੈ ਕੋੜਤੂਮੇ ਹਨਾ ਇਹਦੀ ਵੀ ਇੱਕ ਬੇਲ ਹੁੰਦੀ ਆ ਹਾਂਜੀ ਵੈਲਕਮ ਬੈਕ ਟੂ ਅਨੂ ਵੀਡੀਓ ਤੇ ਬਾਈ ਅੱਜ ਮੈਂ ਖੇਤ ਖੜਾ ਸੀਗਾ ਆਪਦੇ ਤੇ ਆ ਤੁਸੀਂ ਜਿਹੜੇ ਪਿੱਛੇ ਦੇਖ ਰਹੇ ਹੋ ਜ਼ਮੀਨ ਇਹ ਪੰਚਾਇਤੀ ਪੈੜੀ ਆ ਟਿੱਬੇ ਆ ਇਸ ਪੈੜੀ ਦੇ ਵਿੱਚ ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਜਿਹੜੀਆਂ ਚੀਜ਼ਾਂ ਦਿਖਾਉਂਗਾ ਜੇ ਥੋੜਾ ਸੰਬੰਧ ਉਹਨਾਂ ਚੀਜ਼ਾਂ ਦੇ ਨਾਲ ਰਿਹਾ ਹੋਊ ਤਾਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਦੀ ਅੱਗੇ ਹਨਾ ਤੇ ਜਿਵੇਂ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਾਈ ਇਹ 베ਰੀ ਆ ਇਹਨੂੰ ਝਾਰਾਂ ਵਾਲੀ ਤੇ ਇਹਨੂੰ ਝਾੜੀਆਂ ਦੇ 베ਰ ਤੁਸੀਂ ਸੁਣਿਆ ਹੋਣਾ ਹਨਾ ਤਾਂ ਉਹ ਝਾੜੀ ਆ ਇਹ ਤੇ ਇਹ ਚੀਜ਼ਾਂ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਇਹ ਚੀਜ਼ਾਂ ਬਈ ਬਹੁਤ ਘੱਟ ਹੁਣ ਦੇਖਣ ਨੂੰ ਮਿਲਦੀਆਂ ਕਿਉਂਕਿ ਆਮ ਤੌਰ ਤੇ ਇਹ ਟਿੱਬਿਆਂ 'ਚ ਹੁੰਦੇ ਆਂ ਸੀਗਿਆ ਪਹਿਲਾਂ ਤੇ ਹੁਣ ਟਿੱਬੇ ਬਿਲਕੁਲ ਖਤਮ ਹੋ ਗਏ ਤਾਂ ਇਹ ਚੀਜ਼ਾਂ ਵੀ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਜਿਨ੍ਹਾਂ ਨੇ ਇਹਦੇ 베ਰ ਖਾਦੇ ਹੋਣਗੇ ਉਹਨਾਂ ਨੂੰ ਇਹਦੇ ਸਵਾਦ ਬਾਰੇ ਵੀ ਪਤਾ ਹੋਊਗਾ ਵੀ ਕਿੰਨੇ ਸਵਾਦ ਹੁੰਦੇ ਆ ਉਹਨਾਂ ਦਾ ਬਹੁਤ ਰਾਂ ਦੀ ਹਾਈਬ੍ਰਿਡ 베ਰੀਆਂ ਵੀ ਆ ਗਈਆਂ ਪਰ ਉਹਨਾਂ ਉਹ 베ਰੀਆਂ ਇਹਦਾ ਮੁਕਾਬਲਾ ਨਹੀਂ ਕਰ ਸਕਦੀਆਂ ਹਨਾ ਤੇ ਸੋ ਮੈਨੂੰ ਲੱਗਿਆ ਵੀ ਤੁਹਾਨੂੰ ਇਹ ਚੀਜ਼ਾਂ ਦਿਖਾ ਤੇ ਕਿਉਂਕਿ ਹੁਣ ਟਿੱਬੇ ਬਿਲਕੁਲ ਖਤਮ ਹੋ ਚੁੱਕੇ ਆ ਤਾਂ ਕਰਕੇ ਚੀਜ਼ਾਂ ਵੀ ਖਤਮ ਹੋ ਚੁੱਕੀਆਂ ਨੇ ਇਹ ਨਾ ਤਾਂ 베ਰੀ ਵਾਲਾ ਵੱਧੀ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਇਹ ਹੁਣ ਇਹਨੂੰ 베ਰ ਵੀ ਲੱਗੇ ਹੋਇਆ ਜਨ ਕਿ ਉਹ ਹਜੇ ਕੱਚੇ ਆ ਤੇ ਇਹ ਨਾ ਤਾਂ 베ਰੀ ਵਾਲੀ ਵੱਧੀ ਆ ਐਡੀ ਕੀ ਰਹਿੰਦੀ ਆ ਇੱਕ ਝਾੜੀ ਦੇ ਰੂਪ ਦੇ ਵਿੱਚ ਹੀ ਹੁੰਦੀ ਆ ਇਹ ਤਾਂ ਕਰਕੇ ਇਹਨੂੰ ਝਾੜੀ ਵਾਲੇ 베ਰ ਵੀ ਆਪਾਂ ਕਹਿ ਦਿੰਨੇ ਆ ਹਨ ਤੇ ਸੋ ਆਜੋ ਹੁਣ ਤੁਹਾਨੂੰ ਮੈਂ ਅੱਗੇ ਚੱਲ ਕੇ ਹੋਰ ਚੀਜ਼ ਦਿਖਾਉਣਾ ਇੱਕ ਆਜੋ ਆਪਾਂ ਬਈ ਉਦਾਂ ਤਾਂ ਮਜ਼ਾਕ ਮਜ਼ਾਕ ਚ ਬਹੁਤ ਵਾਰੀ ਕਹਿ ਦਿੰਨੇ ਆ ਵੀ ਤੇਰਾ ਮੂੰਹ ਤਾਂ ਤੇਰਾ ਚਿਬੜ ਰਗਾ ਹਨਾ ਹੁਣ ਮੈਂ ਤੁਹਾਨੂੰ ਚਿਬੜਾਂ ਦੀ ਬੇਲ ਦਿ ਆ ਦੇਖੋ ਇਹ ਹੁੰਦੀ ਹੈ ਚਿਬੜਾਂ ਦੀ ਬੇਲ ਤੇ ਇਹਨੂੰ ਕਹਿੰਦੇ ਚਿਬੜ ਆ ਦੇਖੋ ਤੇ ਹੁਣ ਬਈ ਇਹ ਵੀ ਬਿਲਕੁਲ ਖਤਮ ਹੋ ਗਏ ਕਿਉਂਕਿ ਜਿਹੜੀਆਂ ਦਵਾਈਆਂ ਆਪਾਂ ਖੇਤਾਂ ਦੇ ਵਿੱਚ ਛੜਕ ਰਹੇ ਹਾਂ ਹਨਾ ਤਾਂ ਉਹ ਦਵਾਈਆਂ ਇਹ ਚੀਜ਼ਾਂ ਨੂੰ ਹੋਣੀ ਨਹੀਂ ਦਿੰਦੀਆਂ ਪਹਿਲਾਂ ਆਮ ਤੌਰ ਤੇ ਬੱਟਾਂ-ਬੁੱਟਾਂ 'ਚ ਜਾਂ ਨਰਮੇ ਕਮਾਹਾਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਸੀਗੀਆਂ ਤੇ ਪਰ ਹੁਣ ਇਹ ਚੀਜ਼ਾਂ ਬਿਲਕੁਲ ਖਤਮ ਹੋ ਗਈਆਂ ਤੇ ਹੁਣ ਜਿਵੇਂ ਆ ਟਿੱਬੇ ਟੁੱਬੇ ਆ ਹੁਣ ਇੱਥੇ ਹੀ ਦੇਖਣ ਨੂੰ ਮਿਲਦੀਆਂ ਪਹਿਲਾਂ ਲੋਕ ਚਿਬੜਾਂ ਦੀ ਚਟਨੀ ਬਹੁਤ ਪਸੰਦ ਕਰਦੇ ਹੁੰਦੇ ਸੀ ਜਾਂ ਉਦਾਂ ਵੀ ਜਿਵੇਂ ਪੀਲਾ ਚਿਬੜਾ ਹੋਣਾ ਕੋਈ ਹੈ ਨਾ ਪੱਕ ਜਾਂ ਜਦੋਂ ਚਿਬੜ ਪੱਕ ਜਾਂਦਾ ਸੀਗਾ ਤਾਂ ਉਹ ਖਾਣ ਤੇ ਵੈਸੇ ਵੀ ਬਹੁਤ ਸਵਾਦ ਲੱਗਦਾ ਸੀਗਾ ਤੇ ਪਰ ਹੁਣ ਜਿਹੜੇ ਜ਼ਿਆਦਾ ਪੜੇ ਲਿਖੇ ਆ ਬਾਈ ਉਹ ਇਹ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ ਹੈਨਾ ਸੋ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਤੇ ਹੁਣ ਦੂਜੀ ਗੱਲ ਆਪਾਂ ਕਰਦੇ ਆ ਜਿਹੜੇ ਸਰਕੰਡੇ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਖੜੇ ਆ ਹੈਨਾ ਇਹ ਸਰਕੰਡੇ ਜਿਹੜੇ ਆ ਇਨਾਂ ਨੂੰ ਪੁਰਾਣੇ ਟਾਈਮ ਦੇ ਵਿੱਚ ਜਦੋਂ ਅ ਛੱਤਾਂ ਪਾਉਂਦੇ ਹੁੰਦੇ ਸੀਗੇ ਕਾਨਿਆਂ ਦੀਆਂ ਛੱਤਾਂ ਹੁੰਦੀਆਂ ਸੀ ਤਾਂ ਉਦੋਂ ਇਹ ਬਹੁਤ ਜ਼ਿਆਦਾ ਇਹਨਾਂ ਦੀ ਮੰਗ ਹੁੰਦੀ ਸੀ ਉਦੋਂ ਤੇ ਉਸ ਤੋਂ ਬਾਅਦ ਜਦੋਂ ਸਾਡੇ ਟਾਈਮ ਦੇ ਵਿੱਚ ਅ ਇਹ ਇਹ ਚੀਜ਼ਾਂ ਅਸੀਂ ਮਤਲਬ ਯੂਜ਼ ਕੀਤੇ ਤਾਂ ਫੱਟੀਆਂ ਲਿਖਦੇ ਹੁੰਦੇ ਸੀਗੇ ਮਤਲਬ ਫੱਟੀਆਂ ਸਕੂਲ ਦੇ ਵਿੱਚ ਸਾਨੂੰ ਲੱਗੀਆਂ ਹੁੰਦੀ ਸੀ ਪ੍ਰਾਇਮਰੀ ਸਕੂਲ ਜਿਹੜੇ ਪੜੇ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਹਨਾ ਜਿਹੜੇ ਪ੍ਰਾਈਵੇਟ ਪੜੇ ਆ ਉਹ ਉੱਥੇ ਤਾਂ ਨਹੀਂ ਮਤਲਬ ਫੱਟੀਆਂ-ਫੁੱਟੀਆਂ ਹੁੰਦੀਆਂ ਸੀ ਮੈਨੂੰ ਲੱਗਦਾ ਪਰ ਜਿੱਥੇ ਅਸੀਂ ਪੜੇ ਆ ਪ੍ਰਾਇਮਰੀ ਸਕੂਲਾਂ 'ਚ ਤਾਂ ਉੱਥੇ ਕਲਮਾਂ ਦੀ ਲੋੜ ਹੁੰਦੀ ਸੀ ਹਣਾ ਉਹਨਾਂ ਕਲਮਾਂ ਨੂੰ ਜਦੋਂ ਆਪਾਂ ਕਲਮਾਂ ਚਾਹੀਦੀਆਂ ਸੀ ਫੇਰ ਸਾਨੂੰ ਇਹਨਾਂ ਦੀ ਲੋੜ ਪੈਂਦੀ ਸੀ ਆ ਦੇਖੋ ਅਜੇ ਪੱਕੀਆਂ ਨੇ ਪੱਕੇ ਨਹੀਂ ਹੈਗੇ ਹਜੇ ਇਹ ਤੇ ਪਰ ਇਹ ਇਹਨਾਂ ਦੀਆਂ ਕਲਮਾਂ ਬਣਦੀਆਂ ਹੁੰਦੀਆਂ ਸੀਗੀਆਂ ਤੇ ਇਹ ਹੱਥ 'ਚ ਵੀ ਕਈ ਵਾਰੀ ਫਿਰ ਜਾਂਦੇ ਸੀ ਕਿਉਂਕਿ ਇਹ ਤਿੱਖੇ ਹੁੰਦੇ ਆ ਆ ਜਿਹੜੀਆਂ ਚੀਜ਼ਾਂ ਨੇ ਤਿੱਖੀਆਂ ਹੁੰਦੀਆਂ ਸੋ ਜੇ ਤੁਸੀਂ ਵੀ ਇਹ ਚੀਜ਼ਾਂ ਵਰਤੀਆਂ ਆਪਦੀ ਜ਼ਿੰਦਗੀ ਦੇ ਵਿੱਚ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਹਨਾ ਅੱਗੇ ਦੀ ਅੱਗੇ ਤੇ ਸੋ ਹੌਣ ਵਾਲੇ ਜਵਾਬ ਆ ਜਿਹੜੇ ਜਿਹੜੇ ਹੌਣ ਵਾਲੇ ਜਵਾਬ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਬਿਲਕੁਲ ਨਹੀਂ ਨੌਲੇਜ ਹੈਗੀ ਸੋ ਉਹਨਾਂ ਨੂੰ ਇਹ ਵੀਡੀਓ ਦਿਖਾਇਓ ਵੀ ਜਰੂਰ ਐਂ ਕਰਦੇ ਹੁੰਦੇ ਸੀ ਜਾਂ ਇਹ ਕਲਮਾ ਦੀ ਥਾਂ ਤੇ ਵਰਤਦੇ ਸੀ ਇਹਦੇ ਨਾਲ ਅਸੀਂ ਕਲਮ ਬਣਾਉਂਦੇ ਹੁੰਦੇ ਸੀ ਤਾਂ ਜਰੂਰ ਦੱਸਿਓ ਤੇ ਆਜੋ ਹੁਣ ਤੁਹਾਨੂੰ ਅੱਗੇ ਚੱਲ ਕੇ ਹੋਰ ਬਹੁਤ ਕੰਮ ਦੀ ਚੀਜ਼ ਦਿਖਾਉਣਾ ਇਹਨੂੰ ਕਹਿੰਦੇ ਆ ਬਈ ਕੌੜਤੂਮਾ ਹਨਾ ਇਹਦੀ ਵੀ ਵੇਲ ਹੁੰਦੀ ਆ ਉਦਾਂ ਹੀ ਇਹਨੂੰ ਵੀ ਯਾਨੀ ਕਿ ਵੇਲ ਨੂੰ ਇਹ ਲੱਗਦੇ ਹੁੰਦੇ ਇਹਨੂੰ ਕੌੜਤੂਮੇ ਕਹਿੰਦੇ ਆ ਤੇ ਇਹ ਵੀ ਬਾਈ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਹੋਊਗਾ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਤਾਂ ਬਿਲਕੁਲ ਚੰਗੀ ਤਰ੍ਹਾਂ ਹੀ ਪਤਾ ਹੋਣਾ ਵਾ ਤੇ ਇਹ ਜਿਹੜੀ ਚੀਜ਼ ਆ ਬਾਈ ਇਹ ਦਵਾਈਆਂ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਹਨਾ ਉਹਨਾਂ ਨੂੰ ਦੇਸੀ ਦਵਾਈਆਂ ਦੇ ਵਿੱਚ ਇਹ ਚੀਜ਼ ਨੂੰ ਵਰਤਦੇ ਹੁੰਦੇ ਸੀਗੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਬੇਲ ਕਾਫੀ ਲੰਬੀ ਚਲੀ ਜਾਂਦੀ ਆ ਇਹ ਤੇ ਇਹਨੂੰ ਯਾਨੀ ਕਿ ਲੱਗਦੇ ਹੁੰਦੇ ਆ ਛੋਟੇ ਛੋਟੇ ਲੱਗੇ ਵੀ ਹੋਏ ਆ ਤੁਸੀਂ ਦੇਖ ਰਹੇ ਹੋ ਹਨਾ ਜਿਹੜੇ ਇਕਾੜ ਤੋਂ ਮੈਂ ਹੁੰਦੇ ਸੀ ਇਹ ਜਿਹੜੇ ਪੁਰਾਣੇ ਜਮਾਨੇ ਦੇ ਜਿਹੜੇ ਬਜ਼ੁਰਗ ਦਵਾਈਆਂ ਦਵਾਈਆਂ ਬਣਾਉਂਦੇ ਹੀ ਦੇ ਸੀ ਉਦੋਂ ਇਹ ਚੀਜ਼ਾਂ ਵਰਤੇ ਹੁੰਦੇ ਸੀ ਹੁਣ ਵੀ ਜਾਨੀ ਕਿ ਇਹ ਚੀਜ਼ਾਂ ਬਹੁਤ ਫਾਇਦੇਮੰਦ ਆ ਪਰ ਲੋਕ ਅੱਜ ਕੱਲ ਜਿਆਦੇ ਸਿਆਣੇ ਹੋ ਗਏ ਉਹ ਮੈਡੀਕਲ ਦਵਾਈਆਂ ਜਿਨ੍ਹਾਂ ਦਾ ਜਿਆਦੇ ਸਾਈਡ ਇਫੈਕਟ ਆ ਉਹਨਾਂ ਵੱਲ ਤਾਂ ਭਜਦੇ ਆ ਪਰ ਇਹ ਚੀਜ਼ਾਂ ਵੱਲ ਉਹਨਾਂ ਦਾ ਖਿਆਲ ਨਹੀਂ ਹੈਗਾ ਤੇ ਸੋ ਇਹ ਚੀਜ਼ਾਂ ਵੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਕਿਉਂਕਿ ਇਹ ਵੀ ਤਿੱਬਿਆਂ ਤੇ ਹੁੰਦੀਆਂ ਸੀਗੀਆਂ ਆਮ ਤੌਰ ਤੇ ਹਨ ਜਿਹੜੇ ਕੌੜਤਮ ਇਹਨਾਂ ਤੋਂ ਸ਼ੂਗਰ ਦੀ ਦਵਾਈ ਵੀ ਬਣਾਈ ਜਾਂਦੀ ਆ ਤੇ ਜਿਹੜੀ ਕਿ ਬਹੁਤ ਜਿਆਦੇ ਫਾਇਦੇਮੰਦ ਆ ਹੋਰ ਵੀ ਜਿਵੇਂ ਮੇਰੇ ਦਾਦਾ ਜੀ ਹੁੰਦੇ ਸੀਗੇ ਉਹ ਘਰੇ ਲਿਆਉਂਦੇ ਹੁੰਦੇ ਸੀ ਤੋੜ ਕੇ ਤੇ ਪਸ਼ੂਆਂ ਬਸੂਣ ਜਿਵੇਂ ਦਰਦ ਹੁੰਦਾ ਸੀ ਤਾਂ ਉਦੋਂ ਇਹ ਦਿੱਤੇ ਜਾਂਦੇ ਸੀਗੇ ਸੋ ਇਹ ਵੀ ਬਹੁਤ ਤਰ੍ਹਾਂ ਦੀ ਜਿਹੜੀ ਫਾਇਦੇਮੰਦ ਚੀਜ਼ਾਂ ਨੇ ਪਰ ਹੁਣ ਇਹ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸੋ ਇਹ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੁਸੀਂ ਇਹ ਚੀਜ਼ਾਂ ਦੇਖੀਆਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਤੁਹਾਨੂੰ ਜਾਂਦੇ ਜਾਂਦੇ ਆਪਣੀਆਂ ਜਿਹੜੀਆਂ ਬੇਲਾਂ ਲੱਗੀਆਂ ਹੋਈਆਂ ਕੱਦੂ ਦੀਆਂ ਉਹ ਵੀ ਤੁਹਾਨੂੰ ਦਿਖਾਦਾ ਇੱਕ ਵਾਰੀ ਹੈਨਾ ਆ ਦੇਖੋ ਧੁਰ ਤੱਕ ਜਿਹੜੀਆਂ ਬੇਲਾਂ ਲੱਗੀਆਂ ਹੋਈਆਂ ਤੇ ਬਗੈਰ ਕਿਸੇ ਰੇ ਸਪਰੇਅ ਤੋਂ ਤੇ ਆ ਦੇਖੋ ਕद्दू ਵੀ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਹਨ ਤੇ ਸਿਆਲਾਂ ਆਮ ਤੌਰ ਤੇ ਆਪਣੇ ਸਾਗ ਤੇ ਗਰਮੀਆਂ ਚ ਕद्दू ਆਪਣੇ ਆਮ ਤੌਰ ਤੇ ਪਿੰਡਾਂ ਚ ਬਹੁਤ ਜਿਆਦਾ ਮਸ਼ਹੂਰ ਹੁੰਦਾ ਹੈ ਹਨ ਸੋ ਅੰਜ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਫੇਸਬੁੱਕ ਪੇਜ ਜਰੂਰ ਫੋਲੋ ਕਰ ਲਿਓ ਤੇ ਮਿਲਦੇ ਆਂ ਹੋਰ ਕੋਈ ਵੀਡੀਓ ਲੈ ਕੇ ਧੰਨਵਾਦ